ਜਿਨ੍ਹਾਂ ਨੇ ਆ ਕੇ ਸੰਗਤ ਨੂੰ ਅੱਜ ਦਸਵੀਂ ਦੇ ਦੁਆਰੇ 'ਤੇ ਇੱਥੇ ਦਰਸ਼ਨ ਦੇਣੇ ਸਨ ਔਰ ਆਪਣੀ ਪਵਿੱਤਰ ਰਸਨਾ ਰਾਹੀਂ ਉਪਦੇਸ਼ ਕਰਨਾ ਸੀ, ਉੱਤਮ ਸਲੋਕ ਸਾਧ ਕੇ ਵਚਨ ਅਮਲੀਕ ਲਾਲ ਇਹ ਰਤਨ ਸੁਣ ਕਮਾਵਤ ਹੋਤ ਉਧਾਰ ਆਪ ਕਰੇ ਲੋਕਹਿ ਨਿਸਤਾਰ। ਉਹਨਾਂ ਮਹਾਂਪੁਰਖਾਂ ਨੇ ਵੀ ਦਰਸ਼ਨ ਦੇਣੇ ਸਨ। ਪਰਬ੍ਰਹਮ ਪਰਮੇਸ਼ਵਰ ਦੀ ਕੋਈ ਮੌਜ, ਉਹ ਮਹਾਂਪੁਰਖ ਇੱਥੇ ਹਾਜ਼ਰ ਨਹੀਂ ਹੋਏ ਹਨ ਅੱਜ। ਸਾਧ ਸੰਗਤ ਪਰ ਉਹ ਗਏ ਕਿਤੇ ਨਹੀਂ, ਉਹ ਸਾਡੇ ਵਿੱਚ ਰਮੇ ਬੈਠੇ ਨੇ। ਸੰਗਤ ਦੇ ਵਿੱਚ ਉਹੀ ਵਿਦਮਾਨ ਨੇ, ਵਿਰਾਜਮਾਨ ਨੇ, ਉਹਨਾਂ ਨੂੰ ਹਾਜ਼ਰ ਨਾਜ਼ਰ ਜਾਣ ਕੇ ਸਤਸੰਗ ਕਰੀਏ। ਜਿਸ ਦਰ ਤੇ ਆਪਾਂ ਬੈਠੇ ਹਾਂ ਇੱਥੇ ਪਾਰਬ੍ਰਹਮ ਪਰਮੇਸ਼ਵਰ ਦੇ ਨਾਮ ਦੀ ਜਿਹੜੀ ਮਹਿਮਾ ਉਹਦਾ ਗਾਇਨ ਕੀਤਾ ਜਾਂਦਾ, ਆਓ ਆਪਾਂ ਵੀ ਉੱਥੇ ਹੀ ਸ਼ੁਰੂ ਕਰੀਏ। ਆਪਾਂ ਇੱਕ ਵੀ ਪੁਆਇੰਟ ਇੱਧਰ ਉੱਧਰ ਨਾ ਚੱਲੀਏ, ਸਾਰੀ ਸੰਗਤ ਪਿਆਰ ਨਾਲ ਵਾਰੀ ਸਿਰ ਬੋਲਿਆ ਕਰੋ। ਪਹਿਲੇ ਹਿੱਸੇ ਵਿੱਚ ਥੋੜ੍ਹਾ ਦਾਸ ਬੋਲੂਗਾ, ਦੂਸਰੇ ਪਾਸੇ ਰਲ ਕੇ ਸਾਰੇ ਭਾਈ ਬੋਲਿਆ ਕਰੋ। ਮਾਈਕ 'ਚ ਜਿਹੜਾ ਇਕੱਲਾ ਬੋਲਦਾ ਉਹ ਰਹਿਣ ਦੇ, ਮਾਈਕ ਬੰਦ ਕਰ ਦੋ, ਰਲ ਕੇ ਬੋਲਿਆ ਕਰੋ ਸਾਰੇ ਗੱਜ ਕੇ। ਅਤੇ ਤੀਸਰੇ ਹਿੱਸੇ ਵਿੱਚ ਮਾਈਆਂ ਆਪਣਾ ਫਰਜ਼ ਸਮਝ ਕੇ, ਇੱਥੇ ਆਉਣ ਦਾ ਆਪਣਾ ਕੀ ਫਰਜ਼ ਹੈ ਫਿਰ ਹੋਰ, ਜੇ ਆਪਾਂ ਰਸਣਾ ਨਾਲ ਜਸ ਨਹੀਂ ਕੀਤਾ ਅਕਾਲ ਪੁਰਖ ਦਾ ਮਹਾਰਾਜ ਦਾ, ਫਿਰ ਇਹ ਆਉਣ ਦਾ ਕੋਈ ਫਾਇਦਾ ਹੀ ਨਹੀਂ। ਬੜੋ ਪਿਆਰ ਨਾਲ ਸਾਰੀ ਸੰਗਤ
ਦਰ ਘਰ ਤਾਂ ਗੱਲ ਨਾਮ ਦੀ ਕੀਤੀ ਜਾਂਦੀ ਹੈ। ਨਾਮ ਪਰਮੇਸ਼ਵਰ ਵੈ ਨਾਮ ਜਪ ਜਪ ਤੇ ਨਾਮੀ ਵਿੱਚ ਭੇਦ ਹੋ ਜਾਈਦਾ, ਅਭੇਦ ਹੋ ਜਾਣਾ ਜਿੱਥੇ ਉੱਥੇ ਭਗਤੀ ਦੀ ਇੰਤਹਾ ਹੋ ਜਾਂਦੀ ਹੈ। ਭਗਤੀ ਦੋ ਤੋਂ ਸ਼ੁਰੂ ਹੁੰਦੀ ਹੈ, ਭਗਤ ਔਰ ਭਗਵਾਨ ਤੋਂ, ਜਿੱਥੇ ਜਾ ਕੇ ਪਤਾ ਨਾ ਲੱਗੇ ਵੀ ਭਗਵਾਨ ਕਿਹੜਾ ਤੇ ਭਗਤ ਕਿਹੜਾ, ਦੋਵੇਂ ਲੈ ਹੋ ਜਾਣ ਇੱਕ ਹੋ ਜਾਣ, ਬ੍ਰਹਮ ਗਿਆਨ ਦੀ ਅਵਸਥਾ ਹੋ ਜਾਂਦੀ ਹੈ। ਤੇ ਉੱਥੇ ਉਸ ਭਗਤੀ ਨੂੰ ਫਲ ਲੱਗਿਆ ਕਰਦਾ। ਤਿੰਨ ਵਸਤੂਆਂ ਹੁੰਦੀਆਂ ਨੇ, ਇੱਕ ਧਿਆਤਾ, ਇੱਕ ਧੇ, ਇੱਕ ਧਿਆਨ। ਧਿਆਤਾ ਹੁੰਦਾ ਧਿਆਉਣ ਵਾਲਾ, ਜਪਣੇ ਵਾਲਾ ਭਗਤ। ਧੇ ਹੁੰਦਾ ਉਹ ਰਸਤਾ, ਉਹ ਮਾਰਗ, ਉਹ ਸ਼ਬਦ ਜਿਹੜਾ ਸਤਿਗੁਰਾਂ ਵੱਲੋਂ ਦਿੱਤਾ ਜਾਂਦਾ ਵੀ ਆਹ ਜਪਣਾ ਤਾਂ ਇਹ ਕੁੜਦਾ ਕੰਮ ਕਰੇਗਾ। ਧਿਆਤਾ ਹੋ ਗਿਆ, ਧੇ ਹੋ ਗਿਆ। ਤੀਸਰਾ ਹੈ ਧਿਆਨ। ਧਿਆਨ ਕਿਹਦਾ ਕਰਨਾ ਹੈ? ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਵਚਨ ਆਉਂਦਾ, ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਨ। ਕਹਿੰਦੇ ਤੂੰ ਗੁਰੂ ਦਾ ਧਿਆਨ ਕਰ ਲੈ, ਇਸ ਉੱਤੇ ਤਾਂ ਵਧੀਆ ਕੋਈ ਧਿਆਨ ਨਹੀਂ ਹੈ ਨਾ। ਗੁਰ ਪਿਆਰ ਨਾਲ ਇਹਨੂੰ ਦੱਸ ਦਿੰਦੇ, ਕਰੀਏ ਮਨ ਵਿੱਚ ਧਿਆਨ ਗੁਰਾਂ ਦੀ ਮੂਰਤ, ਸਾਧ ਸੰਤਨ ਕੀ ਠਾਹਰ ਨਿੱਕੀ ਧਿਆਨ ਕੋ
ਇਹ ਵੀ ਵਿੱਚ ਵਚਨ ਲਿਖਿਆ ਹੋਇਆ ਬਾਣੀ। ਠਾਹਰ ਕਹਿੰਦੇ ਨੇ ਜਿਹੜੀ ਚੀਜ਼ ਨੂੰ ਚੁਕਾਉਣਾ ਹੋਵੇ ਅੰਦਰ, ਠਾਹਰ ਬਣਾਓ ਉਹਨਾਂ ਦੇ ਚਰਨਾਂ ਨੂੰ, ਮਹਾਂਪੁਰਖਾਂ ਨੂੰ ਧਿਆਨ ਬਣਾ ਲਓ, ਫਿਰ ਹੋਰ ਪ੍ਰੋੜਤਾ ਕਰ ਦੇਣੀ ਇੱਕ ਜਗ੍ਹਾ ਤੇ। ਅਰੇ ਅਕਾਲ ਮੂਰਤ ਹੈ ਸਾਧ ਸੰਤਨ ਕੀ, ਇਹ ਹੈ ਧਿਆਨਾ ਧਰਨਾ। ਜਿਹੜੇ ਪਾਰ ਬ੍ਰਹਮ ਪਰਮੇਸ਼ਰ ਦੀ ਪ੍ਰਤੱਖ ਮੂਰਤ ਦੇ ਦਰਸ਼ਨ ਕਰਨੇ ਨੇ ਨਾ, ਬ੍ਰਹਮ ਗਿਆਨੀ ਸਾਧੂ ਦਾ ਧਿਆਨ ਕਰ ਲਿਆ ਕਰੋ, ਕਹਿੰਦੇ ਉਹਦਾ ਪ੍ਰਤੱਖ ਰੂਪ ਹੈ। ਜਿਹੜੇ ਸ਼ਰਧਾ ਭਾਵ ਵਾਲੇ ਬੜੇ ਸਿੱਖ ਹੁੰਦੇ ਨੇ, ਉਹ ਇਹਨਾਂ ਵਚਨਾਂ ਨੂੰ ਅੰਮ੍ਰਿਤ ਸਮਾਨ ਜਾਣ ਕੇ ਗ੍ਰਹਿਣ ਕਰ ਲੈਂਦੇ ਨੇ। ਜਿਹੜੇ ਸ਼ੰਕਾਵਾਦੀ ਹੁੰਦੇ ਨੇ, ਉਹ ਨਾ ਇੱਧਰ ਦੇ ਹੁੰਦੇ ਨੇ ਨਾ ਉੱਧਰ ਦੇ, ਨਾ ਇੱਤਕੇ ਨਾ ਉੱਤਕੇ, ਵਿੱਚੇ ਖਾਏ ਗੁੱਤਕੇ। ਉਹ ਨਾ ਪ੍ਰਲੋਕ ਦਾ ਉਹਨਾਂ ਨੂੰ ਕੋਈ ਸੁੱਖ ਪ੍ਰਾਪਤ ਹੁੰਦਾ, ਨਾ ਇਸ ਲੋਕ ਦਾ। ਉਹਨਾਂ ਦੀ ਦਸ਼ਾ ਤਾਂ ਹੋਰ ਤਰ੍ਹਾਂ ਦੀ ਹੋ ਜਾਂਦੀ ਹੈ। ਸੰਤਾਂ ਨਾਲ ਵੈਰ ਮਾਮਲੇ, ਦੁਸ਼ਟਾਂ ਨਾਲ ਮੋਹ ਪਿਆਰ, ਅੱਗੇ ਪਿੱਛੇ ਸੁੱਖ ਨਹੀਂ ਮਰ ਜੰਮਣ ਵਾਰੋ ਵਾਰ। ਨਾਨਕ ਨਾਮ ਜਹੂਣਿਆ ਨਾ ਪਰਵਾਰ ਨਾ ਪਾਰ, ਨਾ ਇੱਧਰ ਦੇ ਨਾ ਉੱਧਰ ਦੇ ਨੇ, ਉਹ ਵਿੱਚੇ ਗੋਤੇ ਖਾਂਦੇ ਰਹਿੰਦੇ ਨੇ, ਗੋਤੇ ਖਾਹੇ ਨਾ ਨਿਕਲੇ। ਉਹ 84 ਦੇ ਜੋਨਾਂ ਵਿੱਚ ਆਈ ਜਾਂਦੇ ਨੇ, ਜਾਈ ਜਾਂਦੇ ਨੇ, ਦੁੱਖ ਭੋਗੀ ਜਾਂਦੇ ਨੇ। ਸਤਗੁਰਾਂ ਨੇ ਬਚਾ ਲਿਆ ਬੰਦੀ ਫੋੜ ਮਹਾਰਾਜ, ਕਬੀਰ ਸਾਹਿਬਾਂ ਨੇ ਬਾਣੀ ਵਿੱਚ ਵਚਨ ਕੀਤੇ ਨੇ, ਪਿਆਰਿਆ ਭਾਵੇਂ ਤੇ ਕੋਈ ਤੀਰਥ ਕਰ ਲੈ, ਕੋਈ ਦਾਨ ਕਰ ਲੈ, ਕੋਈ ਜਪ ਤਪ ਕਰ ਲੈ, ਕੋਈ ਵਰਤ ਰੱਖ ਲੈ, ਜਿੰਨਾ ਚਿਰ ਤੱਕ ਪਾਰਬ੍ਰਹਮ ਪਰਮੇਸ਼ਰ ਦਾ ਸੱਚਾ ਪਵਿੱਤਰ ਨਾਮ ਤੈਨੂੰ ਸ਼ੋਅ ਦੀ ਪ੍ਰਾਪਤ ਨਹੀਂ ਨਾ ਹੁੰਦੀ ਅੰਦਰੋਂ, ਤੂੰ ਨਿਰਮਲ ਨਹੀਂ ਹੋ ਸਕੇਗਾ। ਉਹਨਾਂ ਦਾ ਐਸਾ ਵਚਨ ਹੈ, ਕਹਿੰਦੇ ਗੰਗਾ ਚ ਇਸ਼ਨਾਨ ਦੀ ਗੱਲ ਛੱਡ ਦੇ, ਭਾਵੇਂ ਗੰਗਾ ਦੇ ਕਿਨਾਰੇ ਤੇ ਮਕਾਨ ਬਣਾ ਕੇ ਵੀ ਰਹਿਣ ਲੱਗ ਜਾਣਾ ਤੂੰ, ਤਾਂ ਵੀ ਪਵਿੱਤਰ ਨਹੀਂ ਹੋਏਗਾ ਜਿੰਨਾ ਚਿਰ ਹਿਰਦੇ ਚ ਉਸ ਸੱਚੇ ਪਰਮਾਤਮਾ ਦਾ ਨਾਮ ਨਹੀਂ ਤੇਰੇ ਟਿਕਦਾ। ਕਬੀਰ ਗੰਗਾ ਤੀਰ ਜੋ ਘਰ ਘਰ ਹੈ, ਤੀਰ ਕਹਿੰਦੇ ਨੇ ਕਿਨਾਰੇ ਨੇ, ਗੰਗਾ ਤੀਰ ਜੋ ਘਰ ਘਰ ਹੈ, ਪੀਵੈ ਨਿਰਮਲ ਨੀਰ, ਬਿਨ ਹਰ ਭਗਤ ਨਾ ਮੁਕਤ ਹੋਏ, ਇਹਨੂੰ ਘਰ ਨੇ ਕਬੀਰ। ਭਾਵੇਂ ਗੰਗਾ ਹੋਣੀ ਨਾ ਹੋ।
ਮੁਕਤੀ ਮਿਲਣੀ ਹੈ ਨਾਮ ਨਾਲ। ਔਰ ਜੋ ਸੁੱਖ ਪ੍ਰਾਪਤ ਹੋਣਾ ਉਹ ਵੀ ਨਾਮ ਚੋਂ ਪ੍ਰਾਪਤ ਹੋਣਾ। ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਇੱਕ ਵਾਰੀ ਬੇਨਤੀ ਕੀਤੀ, ਮਹਾਰਾਜ ਪਾਰਬ੍ਰਹਮ ਪਰਮੇਸ਼ਵਰ ਨੂੰ ਤਾਂ ਅਨਾਮ ਕਿਹਾ, ਉਹਦਾ ਤਾਂ ਕੋਈ ਨਾਮ ਹੈ ਨਹੀਂ। ਗੁਰੂ ਦਸਵੇਂ ਪਾਤਸ਼ਾਹ ਕਲਗੀ ਧਰ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿ ਰਹੇ ਨੇ ਅਨਾਮ ਹੈ, ਅਠਾਮ ਹੈ, ਹੇ ਵਾਹਿਗੁਰੂ ਤੇਰਾ ਤਾਂ ਕੋਈ ਨਾਮ ਹੀ ਨਹੀਂ ਹੈ। ਨੌ ਰੱਖੂਗਾ ਕੌਣ, ਪਿਤਾ ਕਾ ਜਾਣਿਆ ਕਿ ਜਾਣਿਆ ਪੂਤ, ਸਗਲ ਬਲੋਈ ਆਪਣੇ ਸੂਤ। ਤੂੰ ਤਾਂ ਪਿਤਾ ਹੈ ਸਾਰਿਆਂ ਦਾ, ਏਕ ਪਿਤਾ ਏਕ ਸਪੇਹ ਮੁਬਾਰਕ ਤੂੰ ਮੇਰਾ ਗੁਰਹਾਈ। ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀ ਪਾਲਕ, ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਰਕ। ਹੇ ਪ੍ਰਮਾਤਮਾ ਤੂੰ ਤਾਂ ਸਾਰਿਆਂ ਦਾ ਪਿਤਾ ਹੈ, ਤੇਰਾ ਨਾਂ ਕਿਹਨੇ ਰੱਖਿਆ ਤੇਰੀ ਕੋਈ। ਗੁਰੂ ਅਰਜਨ ਦੇਵ ਮਹਾਰਾਜ ਨੇ ਪੁੱਛਿਆ ਪੰਜਵੇਂ ਪਾਤਸ਼ਾਹ ਨੂੰ ਸਿੱਖਾਂ ਨੂੰ, ਮਹਾਰਾਜ ਕਹਿੰਦੇ ਹਾਂ ਪ੍ਰੇਮੀ ਉਹ ਐਸਾ ਹੀ ਹੈ, ਕੋਈ ਬੋਲੇ ਰਾਮ ਰਾਮ, ਕੋਈ ਖਬਾਏ, ਕੋਈ ਸੇਵਾ ਗੋਸਾਈਆ, ਕੋਈ ਅਲਾਹ, ਕਾਰਨ ਕਰਨ ਕਰੀਮ ਕਿਰਪਾ ਭਾਰ ਰਹੀਮ। ਉਹ ਪਾਰਬ੍ਰਹਮ ਪਰਮੇਸ਼ਵਰ ਦੇ ਅਨੇਕਾਂ ਹੀ ਨਾਮ ਨੇ। ਸ਼ਰਧਾ ਵਿੱਚ ਆ ਕੇ ਜਿਹੋ ਜਿਹਾ ਕੋਈ ਨਾਮ ਲੈਂਦਾ ਹੈ ਉਹੋ ਜਿਹੇ ਫਲ ਦੇਣਦੇ। ਮਹਾਂਪੁਰਖ ਇੱਕ ਹਾਸ ਰਸ ਦੀ ਕਥਾ ਸੁਣਾਉਂਦੇ ਹੁੰਦੇ ਸੀ, ਹਾਸ ਰਸ ਦੀ। ਇੱਕ ਦਿਨ ਦਾ ਜ਼ਿਕਰ, ਵਿਸ਼ਨੂੰ ਭਗਵਾਨ ਬੈਠੇ ਨੇ ਖੀਰ ਸਾਗਰ ਦੇ ਵਿੱਚ ਸ਼ੇਸ਼ਨਾਗ ਦੀ ਸੇਜਾ ਤੇ, ਮਾਤਾ ਜੀ ਚਰਨ ਦਵਾ ਰਹੇ ਨੇ ਉਹਨਾਂ ਦੇ, ਤੇ ਉਹ ਮੁਸਕਰਾਉਣ ਲੱਗ ਪਏ, ਹੱਸਣ ਲੱਗ ਪਏ। ਮਾਤਾ ਜੀ ਪੁੱਛਣ ਲੱਗੇ ਵੀ ਪ੍ਰਭੂ ਤੁਸੀਂ ਬਿਨਾਂ ਵਜ੍ਹਾ ਤਾਂ ਨਹੀਂ ਹੱਸਦੇ ਮੁਸਕਰਾਉਂਦੇ, ਵਜ੍ਹਾ ਕੀ ਹੈ, ਵਜ੍ਹਾ ਦੱਸਦੇ। ਕਹਿੰਦੇ ਭਲੀਏ ਮੇਰੇ ਤਾਂ ਬਹੁਤ ਭਗਤ ਨੇ, ਕਰੋੜਾਂ ਹੀ ਅਨੰਤ ਭਗਤ ਨੇ, ਉਹਨਾਂ ਨੇ ਓਨੇ ਹੀ ਨਾਮ ਰੱਖੇ ਹੋਏ ਨੇ ਮੇਰੇ, ਬਹੁਤ ਸਾਰੇ ਨਾਵਾਂ ਨਾਲ ਮੈਨੂੰ ਪੁਕਾਰਦੇ ਨੇ। ਕੋਈ ਗੋਬਿੰਦ ਕਹਿੰਦਾ, ਕੋਈ ਮੁਰਾਰੀ ਕਹਿੰਦਾ, ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ। ਅੱਜ ਇੱਕ ਨਵਾਂ ਭਗਤ ਪੈਦਾ ਹੋ ਗਿਆ। ਕਹਿੰਦੀ ਹੈ ਮਹਾਰਾਜ ਹੈਰਾਨੀ ਵਾਲੀ ਗੱਲ ਕਿਹੜੀ ਹੈਗੀ? ਕਹਿੰਦੇ ਉਹ ਸਿੱਧਾ ਸਾਦਾ ਅਨਪੜ ਹੈ, ਬਿਲਕੁਲ ਸਿੱਧਾ ਸਾਧ, ਹੋਰ ਬੰਦਾ ਨੂੰ ਕੁਛ ਨਹੀਂ ਪਤਾ ਗਾ। ਉਹ ਮੇਰਾ ਨਾਮ ਵੀ ਅਜੀਬ ਜਿਹੀ ਆਪਣੇ ਨਵਾਂ ਹੀ ਨਾਂ ਰੱਖ ਲਿਆ। ਕਹਿੰਦੀ ਮਹਾਰਾਜ ਦਰਸ਼ਨ ਕਰਾ ਲਓ ਉਹਦੇ ਮੈਨੂੰ। ਕਹਿੰਦੇ ਚੱਲ ਚੱਲੀਏ ਜੰਗਲ ਚ ਬੈਠਾ ਸੀ, ਉਹ ਜੰਗਲ ਚ ਉੱਥੇ ਲਿਆ ਰਿਹਾ। ਕਹਿਣ ਲੱਗੇ ਲੈ ਦਰਸ਼ਨ ਕਰ ਲਓ, ਬੈਠਾ ਸਾਹਮਣੇ, ਨਾਲੇ ਸੁਣ ਕੀ ਕਹਿੰਦਾ। ਉਹ ਮੂੰਹ ਚੋਂ ਕਹੀ ਜਾਂਦਾ ਆੜ ਬੰਦ, ਆੜ ਬੰਦ ਜਾਪ ਕਰ ਰਿਹਾ ਆੜ ਬੰਦ। ਉਹ ਮਾਤਾ ਦੇਵੀ ਕਹਿਣ ਲੱਗੀ ਵੀ ਤੈਨੂੰ ਪਤਾ ਹੈ ਭਾਈ ਇਹ ਤੂੰ ਕਿਹਦਾ ਨਾਮ ਲੈ ਰਿਹਾ? ਕਹਿੰਦੇ ਹਾਂ ਜੀ ਮੈਂ ਪ੍ਰਭੂ ਦਾ ਨਾਮ ਲੈ ਰਿਹਾ, ਤੇਰੇ ਖਸਮ ਦਾ ਨਾਮ ਲੈ ਰਿਹਾ। ਵਿਸ਼ਨੂੰ ਭਗਵਾਨ ਕਹਿੰਦੇ ਤੂੰ ਜਾ ਕੇ ਸੁਣ, ਮੈਂ ਇੱਥੇ ਬਹਿਣਾ ਉੱਥੇ ਕਿਹਾ ਹੋਇਆ ਖੂਹ ਸੀ, ਉਹਦੀ ਮੌਣ ਡਿੱਗਦੀ ਸੀ ਖੂਹ ਦੀ, ਪਾਣੀ ਉਹ ਚ ਹੈ ਨੀ ਸੀ, ਟੋਆ ਜਿਹਾ ਸੀ ਬਸ। ਕਹਿੰਦੇ ਮੈਂ ਇੱਥੇ ਬਹਿਣਾ ਇੱਥੇ ਲੁੱਕ ਕੇ, ਸੁਣ ਭਲਾ ਕੀ ਕਹਿੰਦਾ।
ਕਹਿੰਦੀ ਤੈਨੂੰ ਪਤਾ ਕਿਹਦਾ ਨਾਮ ਜਪਣਾ? ਕਹਿੰਦਾ ਤੇਰੇ ਖਸਮ ਦਾ ਜਪਣਾ, ਮੈਨੂੰ ਟੋਕ ਨਹੀਂ ਆ ਕੇ ਮੈਨੂੰ ਭਗਤੀ ਨਹੀਂ ਕਰਨ ਦਿੰਦੀ। ਕਹਿੰਦੀ ਹੈ ਤਾਂ ਸੱਤੇ ਭਾਸ਼ੀ, ਬੋਲਦਾ ਤਾਂ ਸੱਚ ਹੈ, ਜਪਦਾ ਤਾਂ ਮੇਰੇ ਖਸਮ ਦਾ ਹੀ ਨਾਮ ਹੈ। ਕਹਿੰਦੀ ਭਲਾ ਐਂ ਦੱਸ ਰਿਸ਼ੀਵਰ, ਉਹ ਬੈਠੇ ਕਿੱਥੇ ਨੇ ਮੇਰੇ ਖਸਮ ਜੀ ਇਸ ਵਕਤ? ਕਹਿੰਦਾ ਉਹ ਕਿਸੇ ਢੱਠੇ ਖੂਹ ਚ ਬੈਠਾ ਵੀ ਢੱਠੇ ਖੂਹ ਚ ਸੀ। ਕਹਿੰਦੀ ਗੱਲ ਤਾਂ ਠੀਕ ਹੈ, ਤੁਹਾਨੂੰ ਪਤਾ ਇਹ ਆਟਬੰਧ ਹੁੰਦਾ ਕੀ ਹੈ? ਕਹਿੰਦਾ ਮੈਨੂੰ ਨਹੀਂ ਪਤਾ। ਵਿਸ਼ਨੂੰ ਭਗਵਾਨ ਨੂੰ ਪੁੱਛਿਆ ਮਾਤਾ ਨੇ ਲਕਸ਼ਮੀ ਨੇ ਆ ਕੇ ਵੀ ਹੁੰਦਾ ਕੀ ਹੈ ਇਹ ਆਟਬੰਧ? ਉਹ ਕਹਿੰਦੇ ਜਿਹੜੇ ਭਲਵਾਨ ਨੀ ਘੋੜਦੇ ਖਾੜੇ ਚ, ਉਹ ਲੰਗੋਟ ਬੰਨਦੇ ਨੇ ਨਾ, ਜਿਹੜੀ ਤਣੀ ਨਾਲ ਲੰਗੋਟ ਬੰਨਦੇ ਨੇ ਉਹਨੂੰ ਆਟਬੰਧ ਕਹਿੰਦੇ ਨੇ। ਕਹਿੰਦੇ ਮੇਰਾ ਨਾਮ ਰੱਖੋ ਦੇਖੋ ਆਟਬੰਧ। ਕਹਿੰਦੇ ਫਿਰ ਤੁਸੀਂ ਗੁੱਸੇ ਨੀ? ਕਹਿੰਦੇ ਨਹੀਂ। ਜੇ ਬੱਚਾ ਤੋਤਲਾ ਹੁੰਦਾ ਨਾ ਛੋਟਾ ਜਿਹਾ, ਉਹ ਤੋਤਲੀਆਂ ਗੱਲਾਂ ਕਰਦਾ ਮਾਂ ਬਾਪ ਸਾਹਮਣੇ, ਤਾਂ ਮਾਂ ਬਾਪ ਗੁੱਸੇ ਥੋੜੀ ਹੁੰਦੇ ਨੇ, ਖੁਸ਼ ਹੁੰਦੇ ਨੇ ਉਹਦੇ ਨਾਲ, ਸਮਝਣ ਦਾ ਯਤਨ ਕਰਦੇ ਨੇ ਵੀ ਕੀ ਕਹਿੰਦਾ ਨਿਆਣਾ ਸਾਡਾ। ਇਹ ਤੋਤਲੀ ਜਵਾਨ ਨਾਲ ਬੱਚਾ ਹਾਲੇ ਛੋਟਾ, ਕੱਚਾ ਹਾਲੇ, ਅੱਲੜ ਭਗਤ ਹੈ, ਸਿੱਖ ਜੂਗਾ, ਇਹਨੂੰ ਬ੍ਰਹਮ ਗਿਆਨੀ ਮਹਾਂਪੁਰਖ ਮਿਲੇ ਸੀ, ਉਹਨਾਂ ਨੇ ਆਦ ਬ੍ਰਹਮ ਸ਼ਬਦ ਦਿੱਤਾ ਸੀ ਇਹਨੂੰ, ਇਹ ਭੁੱਲ ਗਿਆ। ਆਟਬੰਧ ਕਹੀ ਜਾਂਦਾ ਹੈ, ਆਦ ਬ੍ਰਹਮ ਸ਼ਬਦ ਕਿਹਾ ਸੀ ਇਹਨੂੰ, ਇਹ ਭੁੱਲ ਗਿਆ, ਮੈਂ ਨਾਰਾਜ਼ ਨਹੀਂ ਹਾਂ। ਭਾਵ ਪਰਮੇਸ਼ੁਰ ਦੇ ਤਾਂ ਅਨੇਕਾਂ ਹੀ ਨਾਮ, ਅਨੇਕਾਂ ਹੀ ਉਹਦੇ ਭਗਤ ਨੇ। ਗੁਰੂ ਨਾਨਕ ਦੇਵ ਮਹਾਰਾਜ ਨਾਲ ਚਾਹੁੰਦਾ ਕਿ ਖਿਆਲ ਹੈ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸਿਰ ਨਾਨਕ ਲੋਕਾਂ ਪਾਵ ਹੈ, ਮੇਰਾ ਤਾਂ ਸਿਰ ਉਹਨਾਂ ਲੋਕਾਂ ਦੇ ਚਰਨਾਂ ਤੇ ਝੁਕਦਾ ਜਿਹੜੇ ਚਾਰ ਦਿਨ ਪਰਮੇਸ਼ੁਰ ਦਾ ਨਾਮ ਜਪਦੇ ਨੇ। ਗੁਰੂ ਨਾਨਕ ਦੇਵ ਕਹਿੰਦੇ ਹਾਂ ਬਲਿਹਾਰੇ ਜਾਉ ਜੇ ਤੇਰੇ ਨਾਮ ਹੈ, ਮੇਰੇ ਮਾਲਕ ਤੂੰ ਬੇਅੰਤ ਹੈ, ਜਿੰਨੇ ਵੀ ਤੇਰੇ ਨਾਮ ਨੇ ਮੈਂ ਸਾਰਿਆਂ ਤੇ ਬਲਿਹਾਰ ਜਾਣਾ, ਚਾਹੇ ਵਾਹਿਗੁਰੂ ਕਹੇ, ਜੋ ਤੈਨੂੰ ਜੋ ਵੀ ਕਹਿ ਕੇ ਬੁਲਾਉਂਦਾ ਮੈਂ ਬਲਿਹਾਰ ਜਾਣਾ। ਗੁਰੂ ਨਾਨਕ ਸਾਹਿਬ ਦਾ ਇਹ ਫੈਸਲਾ ਬਾਣੀ ਚ ਲਿਖਿਆ ਹੋਇਆ, ਜੇ ਤੇਰੇ ਨਾਮ ਹੈ
ਸਾਰੇ ਪਰਮੇਸ਼ਵਰ ਦੇ ਨਾਮ ਨੇ ਨਾ ਜਿਹੜੇ ਮਹਾਰਾਜ ਕਹਿੰਦੇ ਮੈਂ ਸਾਰਿਆਂ ਦੇ ਬਲਿਹਾਰ ਜਾ ਜੈਸੇ ਦਰਿਆ ਏ ਬੜਾ ਸਾਰਾ ਉਹਦੇ ਵਿੱਚ 20-25 ਬੇੜੀਆਂ ਖੜੀਆਂ ਨੇ ਕਿਨਾਰੇ ਤੇ ਸਾਰੀਆਂ ਬੇੜੀਆਂ ਪਾਰ ਲਾ ਦੇਣਗੀਆਂ ਪਰ ਸ਼ਰਤ ਹੈ ਵੀ ਇੱਕ ਬੇੜੀ ਤੇ ਸਵਾਰ ਹੋਣਾ ਪਊਗਾ ਜਿਹੜਾ ਦੋ ਬੇੜੀਆਂ ਤੇ ਸਵਾਰ ਹੋਣ ਦਾ ਯਤਨ ਕਰੂਗਾ ਉਹ ਫਿਰ ਅੱਧ ਵਿਚਕਾਰ ਡੁੱਬ ਜਾਂਦਾ ਅਸੂਲ ਦੇ ਖਿਲਾਫ ਗੱਲ ਹੈ ਅੱਜ ਕੱਲ੍ਹ ਦੇ ਲੋਕ ਤਾਂ ਕਹਿਣਗੇ ਜੀ ਸਟੰਟ ਕਰਕੇ ਲਗਾਉਂਦਾ ਪਰ ਮਹਾਰਾਜ ਇਸ ਗੱਲ ਨੂੰ ਮੰਨਦੇ ਨੇ ਦੋ ਬੇੜੀਆਂ ਦਾ ਸਵਾਰ ਮਹਾਂਪੁਰਖ ਕੋਈ ਮਾੜਾ ਨਹੀਂ ਹੈ ਗੁਰੂ ਕੋਈ ਵੀ ਮਾੜਾ ਨਹੀਂ ਹੈ ਸਾਰੇ ਸਿੱਖਿਆ ਧਰਮ ਦੀ ਹੀ ਦੇਣ ਦੀ ਪਰ ਜਿਹਨਾਂ ਦੇ ਚਰਨ ਤੈਅ ਪਕੜ ਲੈਣਾ ਉਹਨਾਂ ਨੇ ਆਪਣੇ ਛਾਂਦੇ ਚ ਤੈਨੂੰ ਵਸਤੂ ਦੇਣੀ ਹੈ ਹਿੱਸਾ ਹੁੰਦਾ ਉੱਥੇ ਰੱਖਿਆ ਹੋਇਆ ਤਕਦੀਰ ਉੱਥੇ ਖਿੱਚ ਕੇ ਲਿਜਾਂਦੀ ਹੈ ਬੰਦੇ ਨੂੰ ਜਿਸ ਮਹਾਂਪੁਰਖ ਕੋਲ ਛਾਂਦਾ ਹੁੰਦਾ ਉਹਨੇ ਵਰਤਾਉਣਾ ਹੁੰਦਾ ਉਹਨਾਂ ਕੋਲ ਕੀ ਉੱਥੇ ਅੰਮ੍ਰਿਤ ਵੰਡੀ ਹੈ ਅੰਮ੍ਰਿਤ ਕੀ ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ ਉੱਥੇ ਅੰਮ੍ਰਿਤ ਵੰਡੀਆ ਸੁਖੀਆ ਹਰ ਕਰਨੇ ਜਮਕਾ ਪੰਥ ਨ ਜਾਈਆ ਫਿਰ ਨਾ ਹੀ ਮਰਨੇ ਉਹਨਾਂ ਨੇ ਜੰਮਣ ਮਰਨ ਤੋਂ ਬਚਾਉਣਾ ਜਮਾਂ ਦੇ ਰਸਤੇ ਤੋਂ ਦੂਰ ਲਿਜਾਣਾ ਵਸਤੂ ਕੀ ਦੇਣਗੇ ਅੰਮ੍ਰਿਤ ਨਾਮ ਦੇਣਗੇ ਤੇ ਉਹਨਾਂ ਦੇ ਕੋਲ ਉੱਥੇ ਅੰਮ੍ਰਿਤ ਵੰਡੀ ਹੈ ਉਹਨਾਂ ਕੋਲ ਭੰਡਾਰਾ ਹੈ ਅੰਮ੍ਰਿਤ ਦਾ ਹਰ ਅੰਮ੍ਰਿਤ ਭਗਤ ਭੰਡਾਰ ਹੈ ਗੁਰ ਸਤਿਗੁਰ ਪਾਸੇ ਰਾਮ ਰਾਜੇ ਗੁਰੂ ਕੋਲ ਭੰਡਾਰਾ ਹੁੰਦਾ ਉਸਦਾ ਬੜੋ ਪਿਆਰ
ਸੁਖਿਆਰ ਕਰਨੇ ਜੀ, ਸੁਖਿਆਰ ਕਰਨੇ ਜੀ, ਉਹਨਾਂ ਨੇ ਨਾਮ ਦੀ ਦਾਤ ਦੇਣੀ ਹੁੰਦੀ ਹੈ, ਆਂਡਾ ਵਰਤਾਉਣਾ ਹੁੰਦਾ, ਅੰਮ੍ਰਿਤ ਦੇਣਾ ਹੁੰਦਾ, ਨਾਮ ਦੇਣਾ ਹੁੰਦਾ, ਤੇ ਉਹਦੀ ਕਮਾਈ ਕਰਾਉਣੀ ਹੁੰਦੀ ਹੈ ਸੇਵ ਕੇ ਬਸ। ਜਦ ਅਪੁੰਨ ਹੋ ਜਾਂਦਾ ਫਿਰ ਬੇੜੀ ਉਹਦੀ ਪਾਰ ਲਾ ਲੈਂਦੀ ਹੈ। ਸ਼ਰਤ ਕੀ ਆ ਵੀ ਇੱਕ ਦੇ ਚਰਨ ਪਕੜ ਲਵੇ। ਜਿਸ ਤਰ੍ਹਾਂ ਕੋਈ ਤੇਜ ਬਹਾਦਰ ਸਾਹਿਬ ਦਾ ਉਦਾਹਰਣ ਦਿੰਦੇ ਨੇ ਬਾਣੀ, ਹਜ਼ੂਰ ਮਹਾਰਾਜ ਕਹਿੰਦੇ ਸਵਾਮੀ ਕੋ ਰਹਿ ਜਿਉਂ ਸਦਾ, ਸਵਾਦ ਭਜਤ ਨਹੀਂ ਨਿਤ। ਜਿਸ ਤਰ੍ਹਾਂ ਇੱਕ ਕੁੱਤਾ ਆਪਣੇ ਮਾਲਕ ਦੇ ਦਰਵਾਜ਼ੇ ਤੇ ਬੈਠਾ ਰਹਿੰਦਾ, ਉਹ ਤਰਸ ਖਾ ਕੇ ਉਹਨੂੰ ਜ਼ਰੂਰ ਰੋਟੀ ਦਿੰਦਾ। ਨਾਨਕ ਦੇਵ ਹਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਕਹਿੰਦੇ ਤੂੰ ਵੀ ਆਪਣੇ ਮਾਲਕ ਦੇ ਚਰਨ ਫੜ ਲੈ, ਭਾਵੇਂ ਤੈਨੂੰ ਧੱਕੇ ਦੇਵੇ, ਭਾਵੇਂ ਤੈਨੂੰ ਗਾਲਾਂ ਕੱਢੇ, ਭਾਵੇਂ ਤੈਨੂੰ ਮਾਰੇ, ਤੂੰ ਮਾਲਕ ਦਾ ਦਰ ਨਾ ਛੱਡੀ ਤੇ ਤੈਨੂੰ ਪਾਰ ਲਾ ਦੂਗਾ, ਤੈਨੂੰ ਸਾਰੀਆਂ ਵਸਤੂਆਂ ਦੇ ਦੂਗਾ, ਬ੍ਰਹਮ ਗਿਆਨ ਦੀ ਦਾਤ ਵੀ ਦੇ ਦੂਗਾ। ਇਉਂ ਕਹਿੰਦੇ ਨੇ ਮਹਾਰਾਜ ਜੀ। ਸਾਡਾ
ਸਾਧਾਰਨਕ ਮਹਾਂਪੁਰਖਾਂ ਦੇ ਪਾਸ ਸਤਿਗੁਰਾਂ ਦੇ ਪਾਸ ਨਾਮ ਦਾ ਭੰਡਾਰਾ, ਜਿਹਨੇ ਨਾਮ ਜਪ ਲਿਆ ਨਾ, ਨਾਮ ਜਪ ਕੇ ਨਾਮੀ ਚ ਭੇਦ ਹੋ ਗਿਆ, ਉਹਦੇ ਕੋਲ ਛੋਟੀਆਂ ਮੋਟੀਆਂ ਕੀ ਬੜੀਆਂ ਬੜੀਆਂ ਵਸਤੂਆਂ ਵੀ, ਜਿਹਨੂੰ ਆਪਾਂ ਰਿੱਧੀ ਸਿੱਧੀ ਨਿੱਧੀ ਕਹਿੰਦੇ ਹਾਂ, ਉਹਦੇ ਹੱਥ ਵਿੱਚ ਹੁੰਦੀਆਂ ਨੇ। ਪ੍ਰਭੂ ਕਾ ਸਿਮਰਨ ਰਿੱਧ ਸਿੱਧ ਨੌ ਨਿੱਧ, ਪ੍ਰਭੂ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ। ਹੁਣ ਉੱਥੇ ਵਿਚਾਰ ਚੱਲ ਰਹੇ ਸੀ ਵੀ ਉਹ ਸਤਿਗੁਰੂ ਗੰਗਾਨੰਦ ਮਹਾਰਾਜ ਨੇ ਚੋਰੀ ਦੇ ਗਲੇ ਗਲ ਕਰੋ ਜਾ ਕੇ, ਜਿਹੜੇ ਚ ਉਹਨਾਂ ਨੇ ਵਚਨ ਕੀਤਾ ਸੀ ਵੀ ਤੂੰ ਜਲ ਵੀ ਮੁੱਕੇਗਾ ਕਦੇ, ਸਾਰੀਆਂ ਕੁੜੀਆਂ ਚ ਅੱਜ ਕੱਲ੍ਹ ਕਿੱਥੇ ਜਲ ਅਗਲ ਕਿੱਥੇ ਹੈਗਾ। ਇਸ ਤਰ੍ਹਾਂ ਦਾ ਇੱਕ ਪਰਚਾ ਸੰਗਤ ਦੇ ਵਿੱਚ ਵਿਚਰਦਿਆਂ ਹੋਇਆਂ ਸਾਨੂੰ ਵੀ ਸੁਣਨ ਨੂੰ ਮਿਲਿਆ ਰਿਹਾ। ਇਹਨਾਂ ਪ੍ਰਬੰਧਕਾਂ ਨੇ ਸਾਨੂੰ ਇੱਕ ਦਫ਼ਾ ਫਰੌਰ ਭੇਜਿਆ ਗਿਆ, ਫਰੌਰ ਭੇਜਿਆ, ਕਹਿੰਦੇ ਕੀਰਤਨ ਕਰਕੇ ਆਓ ਕੁੜੀਆਂ ਮਹਾਰਾਜ ਜੀ। ਜਦ ਅਸੀਂ ਉੱਥੇ ਗਏ ਸਾਨੂੰ ਪਤਾ ਲੱਗਿਆ ਇੱਥੇ ਤਾਂ ਬੜੀ ਕਿਰਪਾ ਵਾਸਤੀ ਹੈ, ਸਤਿਗੁਰੂ ਗੰਗਾਨੰਦ ਮਹਾਰਾਜ ਨੇ ਆਪਣੇ ਹੱਥੀਂ ਦੋ ਕੁੜੀਆਂ ਬਣਾਈਆਂ ਹੋਈਆਂ ਨੇ ਇੱਥੇ ਪਿਆਰ ਵਾਲੀ ਸੰਗਤ, ਜਿਹਨਾਂ ਦੇ ਘਰੇ ਅਸੀਂ ਜਲ ਪਾਣੀ ਛੱਡ ਗਿਆ ਨਾ, ਉਹ ਘਰ ਬਹੁਤ ਅਮੀਰ ਸੀਗਾ। ਉਹ ਕਹਿੰਦੇ ਪਹਿਲਾਂ ਅਸੀਂ ਇੰਨੇ ਅਮੀਰ ਨਹੀਂ ਸੀ ਹੁੰਦੇ, ਸਾਡੇ ਘਰ ਜਨਕਾਂ ਦੀ ਗਰੀਬੀ ਸੀ, ਬੇਹੱਦ ਗਰੀਬੀ। ਗੁੱਜਰ ਬਹੁਤੇ ਨਹੀਂ ਕਹਿੰਦੇ ਸਾਡੇ ਪਿੰਡ 'ਚ, ਮੱਝਾਂ ਰੱਖੀਆਂ ਹੋਈਆਂ ਨੇ ਉਹਨਾਂ ਨੇ ਬਹੁਤ, ਦੁੱਧ ਦਾ ਕੰਮ ਹੈ ਬਹੁਤਾ ਹੀ, ਉਹ ਪਹਿਲੇ ਟਾਈਮ ਤੋਂ ਹੀ ਪੁਰਾਣੇ ਸਮੇਂ ਤੋਂ ਹੀ। ਕਹਿੰਦੇ ਵੀ ਜਿਹੜਾ ਇਸ ਘਰ ਦਾ ਮਾਲਕ ਹੈ ਨਾ, ਇਹਦੇ ਕੋਲ ਇੱਕ ਛੋਟੀ ਜਿਹੀ ਢੋਲੀ ਹੁੰਦੀ ਸੀ, ਐਡੀ ਐਡੀ ਦੁੱਧ ਦੀ, ਦੋ ਚਾਰ ਕਿਲੋ ਦੁੱਧ ਹੁੰਦਾ ਸੀ ਉਹਦੇ 'ਚ, ਸਾਈਕਲ ਦੇ ਪਿੱਛੇ ਲਟਕਾ ਕੇ ਚਾਰ ਪੰਜ ਪਿੰਡਾਂ 'ਚ ਜਾਣਾ ਉਹਨੇ ਵੀ ਦੁੱਧ ਲੈ ਲਓ ਇੱਥੋਂ। ਨਾਲ ਪਿੰਡ ਪੈਂਦਾ ਬਰਵਾਲੀ, ਵੱਡੀ ਬਰਵਾਲੀ, ਛੋਟੀ ਬਰਵਾਲੀ, ਉਹਨਾਂ ਪਿੰਡਾਂ 'ਚ ਜਾਂਦਾ ਹੁੰਦਾ ਸੀ ਅਕਸਰ। ਕਈ ਵਾਰੀ ਕਿਸੇ ਨੇ ਲੈ ਲੈਣਾ ਕਿਲੋ ਅੱਧਾ ਕਿਲੋ, ਨਹੀਂ ਤਾਂ ਉਹ ਵਾਪਸ ਮੁੜ ਆਉਂਦਾ ਸੀ ਉਹਦਾ ਦੁੱਧ ਟੋਲੀ 'ਚ ਉਸੇ ਤਰ੍ਹਾਂ ਹੀ, ਗਾਹ ਤੇ ਨਹੀਂ ਸੀ ਉਹਨੂੰ ਲੱਗਦਾ ਦੁੱਧ। ਮਹਾਰਾਜ ਜੀ ਗਏ ਹੋਏ ਗੰਗਾਨੰਦ ਜੀ ਉੱਥੇ, ਸਾਰੀ ਸੰਗਤ ਚਰਨੀ ਪੈਂਦੀ ਹੈ ਜਾ ਜਾ ਕੇ, ਡੰਡੌਤ ਨਮਸਕਾਰ ਕਰਦੀ ਹੈ ਸੰਗਤ, ਡੰਡੇ ਵੀ ਤਰ੍ਹਾਂ ਲੰਮੇ ਪੈ ਪੈ ਕੇ ਅਸ਼ਟਾਂਗ ਡੰਡੌਤ ਅਠੰਗ ਜ਼ਮੀਨ ਨੂੰ ਲਾ ਕੇ ਨਮਸਕਾਰ ਕਰਦੀ ਹੈ ਸੰਗਤ। ਮਹਾਰਾਜ ਜੀ ਸਭ ਨੂੰ ਯਥਾ ਯੋਗ, ਉਹ ਤਾਂ ਨਾਮੀ ਵਿੱਚ ਭੇਦ ਨੇ ਨਾ, ਉਹਨਾਂ ਦੇ ਹੱਥ 'ਚ ਤਾਂ ਰਿੱਧ ਸਿੱਧ ਸਾਰੀ ਹੈ ਨਾ, ਰਿੱਧ ਸਿੱਧ ਨਾਂ ਹੈ ਕੀ ਦਾਸੀ, ਕੋਈ ਕੁਛ ਮੰਗਦਾ ਜਾਂ ਕੁਛ ਮੰਗਦਾ, ਮਹਾਰਾਜ ਜੀ ਸਾਰਿਆਂ ਦੀਆਂ ਮੁਰਾਦਾਂ ਪੂਰੀਆਂ ਕਰਦੇ। ਇਹ ਪ੍ਰੇਮੀ ਵੀ ਹੌਸਲਾ ਕਰਕੇ, ਮੈਂ ਇਹਦਾ ਨਾਂ ਤਾਂ ਭੁੱਲ ਗਿਆ, ਇੱਥੇ ਜਿਹੜੀ ਸੰਗਤ ਬੈਠੀ ਹੈ ਉਹਨਾਂ ਨੂੰ ਪਤਾ ਕੌਣ ਹੈ, ਉਹਦਾ ਨਾਂ ਪਤਾ ਸੰਗਤ ਨੂੰ, ਪਰ ਮੈਨੂੰ ਵਿਸਰ ਗਿਆ ਉਹ ਨਾਂ। ਤੇ ਅੱਗੇ ਆਇਆ ਪ੍ਰੇਮੀ,
ਲੰਮਾ ਪੈ ਕੇ ਨਮਸਕਾਰ ਕੀਤੀ ਤੇ ਭੁੱਬਾ ਮਾਰ ਕੇ ਰੋਣ ਲੱਗ ਗਿਆ ਮਹਾਰਾਜ ਦੇ ਸਾਹਮਣੇ। ਮਹਾਰਾਜ ਕਹਿੰਦੇ ਕੀ ਗੱਲ ਪਾਈ ਇਹਨਾਂ ਚੋਂ ਬਿਲਕੁਲਿਆਂ ਤੋਂ? ਕਹਿੰਦਾ ਮਹਾਰਾਜ ਕੀ ਦੱਸਣਾ, ਬੜੇ ਬੜੇ ਡਰੰਮ ਲਿਜਾਂਦੇ ਨੇ ਦੁੱਧ ਦੇ, ਖਾਲੀ ਕਰਕੇ ਮੁੜਦੇ ਨੇ ਘਰਾਂ ਨੂੰ, ਬਹੁਤ ਦੁੱਧ ਦਾ ਕਾਰੋਬਾਰ ਹੈ ਸਾਡੇ ਪਿੰਡ ਚ। ਮੈਂ ਛੋਟੀ ਜਿਹੀ ਟੋਲੀ ਲਿਜਾਂਦਾ ਦੋ ਚਾਰ ਕਿਲੋ ਵਾਲੀ, ਉਸੇ ਤਰ੍ਹਾਂ ਮੁੜ ਆਉਂਦਾ, ਕੋਈ ਲੈਂਦਾ ਹੀ ਨਹੀਂ ਇੱਥੋਂ, ਗਾਹਕ ਨਹੀਂ ਲੱਗਦਾ ਮੇਰਾ, ਗੁਜ਼ਾਰਾ ਪੈਸੇ ਚੱਲੇ। ਮਹਾਰਾਜ ਕਹਿੰਦੇ ਲਿਆ ਲਿਆ ਟੋਲੀ ਕਿੱਥੇ ਹੈ? ਟੋਲੀ ਉਹਨੇ ਧੋ ਕੇ ਮੂੰਹੀ ਮਾਰੀ ਪਈ ਸੀ, ਸੁੱਕਣੀ ਪਾਈ ਹੋਈ ਸੀ ਧੁੱਪ ਚ। ਕਹਿੰਦਾ ਮਹਾਰਾਜ ਆ ਏ, ਕਹਿੰਦੇ ਲਿਆ ਲਿਆ। ਸਵਾਮੀ ਗੰਗਾਨੰਦ ਮਹਾਰਾਜ ਨੇ ਆਪਣੀ ਚਿੱਪੀ ਚੱਕੀ, ਚਿੱਪੀ ਚੋਂ ਜਲ ਪਾਉਣਾ ਸ਼ੁਰੂ ਕਰਤਾ ਉਹਦੇ ਵਿੱਚ। ਕਹਿੰਦੇ ਬੜਾ ਢੋਲੀ ਆ ਤੇਰੇ ਕੋਲੇ? ਕਹਿੰਦਾ ਮਹਾਰਾਜ ਆ ਹੀ ਆ ਮੇਰੇ ਕੋਲ। ਕਹਿੰਦੇ ਲੈ ਲੈ ਬੜੇ ਢੋਲ, ਫਿਰ ਚਿੱਪੀ ਉਹਦੇ ਜਲ ਪਾਤਾ। ਕਹਿੰਦੇ ਹੁਣ ਕੱਲ ਨੂੰ ਜਾਈ ਲੈ ਕੇ ਦੇ, ਫਿਰ ਸਾਡੇ ਨਾਲ ਗੱਲ ਕਰੀ। ਕਹਿੰਦੇ ਆ ਕੇ ਦੁੱਧ ਲੈ ਕੇ ਗਿਆ ਉਹ, ਪਹਿਲੇ ਹੀ ਘਰ ਵਾਲਿਆਂ ਨੇ ਲੈ ਲਿਆ। ਕਹਿੰਦੇ ਤਾਂ ਥੋੜਾ ਹੀ ਹੋਰ ਲਿਆ ਜੀ, ਹੋਰ ਆ ਤੇਰੇ ਕੋਲੇ? ਕਹਿੰਦਾ ਜੀ ਮੈਂ ਲਿਆ ਲਿਆ। ਉਦੋਂ ਅਗਲੇ ਦਿਨ ਉਹ ਬੜੀ ਢੋਲੀ ਚ ਲੈ ਕੇ ਗਿਆ, ਉਹਦਾ ਉਹ ਵੀ ਲੱਗ ਗਿਆ। ਫਿਰ ਉਹ ਦੋ ਢੋਲ ਲਟਕਾ ਕੇ ਲੈ ਕੇ ਗਿਆ ਸਾਈਕਲ ਨਾਲ, ਉਹਦੇ ਦੋ ਢੋਲ ਵਿਕ ਗਏ, ਇੱਕ ਇੱਕ ਦਿਨ ਦੇ ਫਰਕ ਵਾਲੇ, ਜਿੱਥੇ ਵਿਕਦਾ ਹੀ ਨਹੀਂ ਕਿਲੋ ਵਿੱਚ ਸੀ ਵਿਕਦਾ, ਦੋ ਡਰੰਮ ਵਿਕ ਗਏ। ਫਿਰ ਉਹਨੇ ਮੋਟਰਸਾਈਕਲ ਲਿਆ, ਚਾਰ ਡਰੰਮ ਲਟਕਾ ਕੇ ਲਿਜਾਉਣ ਲੱਗਿਆ, ਉਹਦੇ ਚਾਰੇ ਖਾਲੀ ਹੋ ਕੇ ਆਉਂਦੇ ਨੇ। ਫਿਰ ਉਸ ਬੰਦੇ ਨੇ ਗੱਡੀ ਲਈ, ਉਹਦੇ ਪਤਾ ਨੀ ਕਿੰਨੇ ਡਰੰਮ ਰੱਖ ਕੇ ਲਿਜਾਂਦਾ ਸੀ। ਉਹਦਾ ਕਾਰੋਬਾਰ ਇੰਨਾ ਕੁ ਵੱਧ ਗਿਆ, ਪਿੰਡਾਂ ਚ ਉੱਠ ਕੇ ਸ਼ਹਿਰ ਚ ਚਲਿਆ ਗਿਆ ਚੰਡੀਗੜ੍ਹ। ਅੱਜ ਕਹਿੰਦੇ ਉਹਦਾ ਬੜਾ ਹੋਟਲ ਹੈ ਉੱਥੇ, ਪਤਾ ਨੀ ਕਿੰਨਾ ਪਨੀਰ ਵਿਕਦਾ, ਕਿੰਨਾ ਦੁੱਧ ਵਿਕਦਾ, ਕਿੰਨਾ ਘਿਓ ਵਿਕਦਾ, ਕਿੰਨੀ ਮੱਖਣੀ ਵਿਕਦੀ ਹੈ, ਨਾ ਉਹਨੂੰ ਪਤਾ ਨਾ ਕਿਸੇ ਹੋਰ ਨੂੰ ਪਤਾ, ਕਿੱਥੇ ਪਹੁੰਚਾਤਾ ਉਹ। ਇੱਕ ਵਚਨ ਕੀਤਾ ਸੀ ਉਹਨੂੰ, ਕਹਿੰਦੇ ਲਿਆ ਢੋਲੀ ਕਿੱਥੇ ਆ? ਰਿੱਧੀ ਸਿੱਧੀ ਦੀ ਗੱਲ ਹੈ ਜੇ, ਸ਼ਕਤੀ ਦੀ ਗੱਲ ਕਰੀਏ ਮਹਾਂਪੁਰਖ ਅਕਵਾਸ, ਉਹ ਸ਼ਕਤੀ ਪਰਮੇਸ਼ਰ ਦੀ, ਉਹਦਾ ਅਪਾਰ ਹੈ ਤੇ ਉਹ ਆਈ ਕਿੱਥੋਂ ਹੈ? ਉਹ ਨਾਮ ਜਪ ਕੇ ਆਈ ਹੈ, ਨਾਮ ਜਪ ਕੇ ਜਿਹਦੀ ਸਾਨੂੰ ਲਗਨ ਲੱਗਦੇ ਨੇ ਉਹ ਤੁਸੀਂ ਵੀ ਜਪੋ। ਗੁਰੂ ਨਾਨਕ ਦੇਵ ਮਹਾਰਾਜ ਸਿੱਧਾਂ ਨਾਲ ਚਰਚਾ ਕੀਤੀ, ਸਿੱਧਾਂ ਦੀਆਂ ਉਮਰਾਂ ਬੜੀਆਂ ਨੇ, ਕੋਈ 100 ਸਾਲ ਦਾ, ਕੋਈ 200 ਸਾਲ ਦਾ ਵੀ ਹੈ, ਯੋਗਾ ਅਭਿਆਸੀਆਂ ਦੀ ਉਮਰ ਬੜੀ ਹੋ ਜਾਂਦੀ ਹੈ। ਮਹਾਰਾਜ ਦੀ ਉਮਰ ਤਾਂ ਉਹਨੂੰ ਚੜ੍ਹਦੀ ਜਵਾਨੀ ਸੀ, 25 ਸਾਲ ਦੇ ਸਨ, ਬੱਚਾ ਕਹਿੰਦੇ ਸੀ, ਸਿੱਧ ਬਾਲਾ ਕਹਿ ਕੇ ਬੁਲਾਉਂਦੇ ਸੀ ਬਾਲ। ਪੁੱਛਿਆ ਵੀ ਕੌਣ ਸ਼ਕਤ ਤੂੰ ਇੱਥੇ ਲਿਆਈ? ਸਿੱਧ ਆਖਣ ਸੁਣ ਬਾਲੇ ਆ, ਇਹ ਬੱਚਿਆ ਤੈਨੂੰ ਇੱਥੇ ਕਿਹੜੀ ਸ਼ਕਤੀ ਲਿਆਈ? ਇੱਥੇ ਕੋਈ ਆ ਨਹੀਂ ਸਕਦਾ ਸੁਮੇਰ ਪਰਬਤ। ਮਹਾਰਾਜ ਕਹਿੰਦੇ ਹਾਂ ਜਪਿਆ ਪਰਮੇਸ਼ਰ ਭਾਓ ਭਗਤ ਸਿੰਘ ਤਾੜੀ ਲਾਈ, ਮੈਂ ਧਿਆਨ ਲਾਇਆ ਪਰਮੇਸ਼ਵਰ ਦਾ ਭਾਓ ਭਗਤ ਦੀ ਪ੍ਰੇਮਾ ਭਗਤੀ, ਜਿਹਨੂੰ ਬਾਬਾ ਫਰੀਦ ਸਾਹਿਬ ਨੇ ਵੀ ਜ਼ਿਕਰ ਕੀਤਾ ਵੀ ਪ੍ਰੇਮਾ ਭਗਤੀ ਤੋਂ ਬਿਨਾਂ ਕੁਛ ਨਹੀਂ ਪੱਲੇ ਪੈਂਦਾ। ਗੁਰੂ ਦਸ਼ਮੇਸ਼ ਪਿਤਾ ਵੀ ਕਹਿੰਦੇ ਹਨ, ਜਿਨ ਪ੍ਰੇਮ ਕੀਓ ਤਿੰਨ ਹੀ ਪਰਮ ਪਾਏ ਹੋਏ। ਗੁਰੂ ਨਾਨਕ ਦੇਵ ਮਹਾਰਾਜ ਦੇ ਗੱਲ ਕਰਦਾ ਦਾ ਉਪਦੇਸ਼ ਇਹੀ ਹੈ, ਪੈਸਿਆਂ ਦੇ ਸਲਾਈਆਂ ਨੈਣੀ, ਜਿਹੜਾ ਪਰਮਾਤਮਾ ਦਾ ਭੈ ਹੈ ਉਹ ਇਹੋ ਜਿਹਾ ਭੈ ਨਹੀਂ ਹੈ ਵੀ ਜਿਵੇਂ ਸੱਪ ਦਾ ਭੈ ਹੁੰਦਾ, ਨਹੀਂ, ਉਹਨੂੰ ਆਦਮ ਕਹਿੰਦੇ ਨੇ ਸਤਿਕਾਰ ਉਸ ਭੈ ਹੈ। ਮਹਾਰਾਜ ਕਹਿੰਦੇ ਆਪਣੀ ਅੱਖਾਂ ਚ ਸਲਾਈਆਂ ਪਾ ਲੈ, ਸੁਰਖ ਝੂ ਪਾ ਲੈ, ਉਹਦੇ ਆਦਮ ਦਾ ਉਹਦੇ ਭੈ ਦਾ, ਭੈਸਿਆਂ ਦੇ ਸਲਾਈਆਂ ਨੈਣੀ ਭਾਵ ਤਾਂ ਕਰ ਸਿੰਗਾਰ,
ਉਹਨੂੰ ਪਿਆਰ ਕਰ, ਹਿਰਦੇ ਤੋਂ ਪਿਆਰ ਕਰ, ਵਾਹਿਗੁਰੂ ਨੂੰ ਕਹਿ ਵੀ ਤੂੰ ਮੇਰਾ, ਮੈਂ ਤੇਰਾ, ਮੈਨੂੰ ਨੀ ਪਤਾ ਬਾਕੀ ਦਾ ਸੀ। ਹੇ ਪ੍ਰਭੂ ਕਹੋ ਨਾਨਕ ਹਮ ਨੀਚ ਕਰਮਾ, ਮੈਂ ਨੀਚਾਂ ਪਾਪੀਆਂ ਵਾਲੇ ਜਗ ਤੱਕ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ, ਨਾ ਹਰੀ ਨੂੰ ਜਾਣਦਾ ਪਰਮੇਸ਼ਵਰ ਨੂੰ, ਨਾ ਮੇਰੀ ਕੋਈ ਸੇਵਾ ਹੈ, ਨਾ ਮੇਰਾ ਕੋਈ ਜਗ ਹੈ, ਨਾ ਮੇਰਾ ਕੋਈ ਤਪ ਹੈ। ਕਹੋ ਨਾਨਕ ਹਮ ਨੀਚ ਕਰਮਾ, ਮੈਂ ਨੀਚਾਂ ਤੋਂ ਵੀ ਨੀਚ ਹਾਂ ਮਹਾਰਾਜ, ਪਾਪੀਆਂ ਮੈਂ, ਸ਼ਰਨ ਕਰੇ ਕੀ ਰੱਖੋ ਸ਼ਰਮਾ, ਮੈਂ ਤੇਰੀ ਸ਼ਰਨ ਚ ਆਇਆ, ਤੇਰੀ ਲਾਜ ਰੱਖ ਲੈ ਬਸ, ਤੇਰੀ ਸ਼ਰਨ ਚ ਆਇਆ, ਮੈਨੂੰ ਤਾਰ ਦੇ, ਜਿਵੇਂ ਵੀ ਮੈਂ ਤਰਦਾ ਉਵੇਂ ਤਾਰ ਦੇ। ਇੰਨਾ ਕੁ ਕਹਿ ਦੇ ਸ਼ਰਨ ਚ ਡਿੱਗ ਜਾ, ਕਹਿੰਦੇ ਤੈਨੂੰ ਗਾਲ ਨਾਲ ਲਾ ਲਾ। ਇੰਨੀ ਕੁ ਨੁਕਤਾ ਹੀ ਆ ਇੱਕ ਇਹ ਮਾਰੇ, ਕਹਿੰਦੇ ਭੈ ਗਈਆਂ ਦੇ ਸਲਾਈਆਂ ਨੈਣੀ, ਉਹਦੇ ਅਦਬ ਦੀਆਂ ਸਲਾਈਆਂ ਪਾਲੇ, ਪਿਆਰ ਦੀਆਂ ਭਾਵ ਤਾਂ ਕਰ ਸ਼ਿੰਗਾਰੋ, ਤਾਂ ਸੁਹਾਗਣ ਜਾਣੀਐ ਤੇ ਤੂੰ ਬ੍ਰਹਮ ਗਿਆਨ ਦੀ ਅਵਸਥਾ ਵਾਲਾ ਹੋ ਜਾਏਗਾ। ਕਹਿੰਦੇ ਸੁਹਾਗਣ ਕਹਿੰਦੇ ਨੇ ਉਹਨੂੰ ਮਾਰੇ, ਸੁਹਾਗਣ ਲਾਗੀ ਜਾਂ ਸ਼ੋ ਧਰੇ ਪਿਆਰੋ, ਜਦ ਪਰਮਾਤਮਾ ਦੇ ਵਿੱਚ ਪਰੋਇਆ ਗਿਆ ਨਾ ਤੇਰਾ ਮਨ, ਦੁਨੀਆਂ ਤੋਂ ਉਚਾਰ ਹੋ ਗਿਆ ਨਾ, ਦੁਨੀਆਂ ਦੇ ਪਦਾਰਥ ਕਾਲ ਵਿਸ਼ਟਾ ਸਮਾਨ ਲੱਗਣ ਲੱਗ ਗਏ ਨਾ, ਪਰਮੇਸ਼ਵਰ ਦੇ ਵਿੱਚ ਲੈ ਹੋ ਜਾਏਗਾ, ਉਦੋਂ ਤੇਰੀ ਅਵਸਥਾ ਬਣ ਗਈ, ਪ੍ਰੇਮਾ ਭਗਤੀ ਵਿੱਚ ਆ ਜਾਏਗਾ ਤੂੰ, ਤੇ ਪ੍ਰੇਮਾ ਭਗਤੀ ਚਾਹੁੰਦਾ ਪਰਮਾਤਮਾ। ਬੜੇ ਪਿਆਰ ਨਾਲ ਇਸ ਤਰ੍ਹਾਂ ਨਾਲ ਇੱਕ ਸ਼ਬਦ ਸ਼ੁਰੂਆਤ ਕਰਾਉਂਦੇ ਨੇ, ਉਹਨਾਂ ਨੂੰ ਖੱਟ ਸੰਪਤੀ ਕਹਿੰਦੇ ਨੇ। ਛੇ ਮਾਰਗਾਂ ਦੇ ਵਿੱਚ ਨਿਲਵਾਉਂਦੇ ਨੇ ਜਗਿਆਰੀਆਂ ਨੂੰ, ਤੇ ਅੱਲੜ ਜਗਿਆਰੀਆਂ ਜਦ ਆ ਕੇ ਬੇਨਤੀ ਕਰਦਾ, ਮਾਰੇ ਮੈਨੂੰ ਰਸਤਾ ਦੱਸੋ, ਮੈਨੂੰ ਮਾਰਗ ਦੱਸੋ, ਮੈਨੂੰ ਕੱਖ ਨਹੀਂ ਪਤਾ। ਫਿਰ ਸਾਧ ਸੰਗਤ ਤੋਂ ਛੇ ਮਾਰਗ ਦੱਸਦੇ ਨੇ ਉਹਨੇ। ਪ੍ਰਥਮ ਪਹਿਲਾਂ ਵੀ ਵੈਰਾਗ ਲੱਗਦਾ, ਦੁਨੀਆ ਪੱਕੀ ਲੱਗਦੀ ਹੈ, ਮਹਾਂਪੁਰਖਾਂ ਦੇ ਚਰਨਾਂ ਨੂੰ ਕਦੇ ਆਏਗਾ ਨਾ ਉਹ, ਜਾਂ ਦੁਨੀਆ ਚੋਂ ਰਸ ਨਹੀਂ ਮਿਲੇਗਾ ਉਹ। ਫਿਰ ਉਹਦੇ ਅੰਦਰ ਵਿਵੇਕ ਬੁੱਧੀ ਜਗਾਉਂਦੇ ਨੇ, ਵਿਵੇਕ ਤੇ ਸਾਧ ਸੰਗਤ ਫਿਰ ਉਹ ਤੋਂ ਸਮ ਕੰਮ ਕਰਾਉਂਦੇ ਨੇ। ਸਮ ਕਹਿੰਦੇ ਨੇ ਮਨ ਦੀ ਸਾਧਨਾ, ਤਨ ਦੀ ਸਾਧਨਾ ਨੂੰ, ਬੈਠਣਾ ਉੱਠਣਾ ਆਉਣਾ ਚਾਹੀਦਾ ਸੰਗਤ ਚ, ਝਾਕਣੀ ਵੀ ਹੋਰ ਹੋਣੀ ਹੈ, ਬੈਠਣੀ ਉੱਠਣੀ ਤੇ ਬੋਲਣਾ ਵੀ ਆਉਣਾ ਚਾਹੀਦਾ।
ਇਹਨਾਂ ਨੂੰ ਕਹਿੰਦੇ ਨੇ ਸਮ ਤੇ ਦਮ। ਮਨ ਨੂੰ ਜਦੋਂ ਮਾਰਦੇ ਹਾਂ ਉਹਨੂੰ ਦਮ ਕਹਿੰਦੇ ਨੇ, ਸਰੀਰ ਨੂੰ ਜਦੋਂ ਸਾਧਦੇ ਹਾਂ ਉਹਨੂੰ ਸਮ ਕਹਿੰਦੇ ਨੇ। ਸਮ ਦਮ ਸ਼ਰਧਾ ਤੀਸਰੀ, ਤੀਸਰੀ ਹੁੰਦੀ ਹੈ ਸ਼ਰਧਾ ਤੋਂ ਬਿਨਾਂ ਤਾਂ ਬੇੜਾ ਬੰਨੇ ਲੱਗਣਾ ਹੀ ਨਹੀਂ। ਜੋ ਸ਼ਰਧਾ ਕਸੇਮ ਦੇ ਗੁਰਪਾਰ ਉਤਾਰਨ, ਗੁਰੂ ਨੇ ਉਹਨੂੰ ਪਾਰ ਕਰਨਾ ਜਿਹਦੇ ਹਿਰਦੇ ਨੂੰ ਸ਼ਰਧਾ। ਸਮ ਦਮ ਸ਼ਰਧਾ ਤੀਸਰੀ ਸਮਾਧਾਨ ਉਪਰਾਮ, ਸਮਾਧਾਨ ਕਿਹਨੂੰ ਕਹਿੰਦੇ ਨੇ, ਜਿੰਨੇ ਸ਼ੰਕੇ ਮਨ ਚ ਪਏ ਨੇ ਉਹ ਹੌਲੀ ਹੌਲੀ ਆਪਣੇ ਗੁਰਦੇਵ ਨੂੰ ਦੱਸਦਾ ਜਾਂਦਾ ਤੇ ਗੁਰਦੇਵ ਉਹਦਾ ਸਮਾਧਾਨ ਕਰਦੇ ਜਾਂਦੇ। ਫਿਰ ਅਵਸਥਾ ਕਿਹੋ ਜਿਹੀ ਹੋ ਜਾਂਦੀ, ਉਪਰਾਮ ਸੰਸਾਰ ਹੇਕ ਹੋਕ ਲੱਗਣ ਲੱਗ ਜਾਂਦਾ ਵੀ ਸੰਸਾਰ ਦਾ ਤਮਾਸ਼ਾ ਇੱਕ ਮੇਲਾ ਹੈ ਦੁਨੀਆਂ ਤਾਂ, ਇਹ ਤਾਂ ਇੱਕ ਦਿਨ ਛੱਡ ਕੇ ਚਲੇ ਜਾਣਾ, ਇੱਥੇ ਤਾਂ ਕੁਛ ਵੀ ਨਹੀਂ ਹੈ, ਇੱਥੇ ਤਾਂ ਮੁਸਾਫਰ ਬਣ ਕੇ ਆਏ ਹਾਂ, ਇੱਥੇ ਤੁਰਦੇ ਲੱਗਣਾ। ਉਪਰਾਮ ਅਵਸਥਾ ਹੋ ਜਾਂਦੀ ਹੈ, ਛਠੀ ਪ੍ਰਤੀਕਸ਼ਾ ਜਾਣੀ ਹੈ। ਫਿਰ ਉਹਨੂੰ ਪ੍ਰਤੀਕਸ਼ਾ ਵਿੱਚ ਪਾਉਂਦੇ ਨੇ ਵੀ ਤੂੰ ਤੜਕੇ ਇੰਨੇ ਵਜੇ ਉੱਠਣਾ, ਤੂੰ ਇਸ਼ਨਾਨ ਕਰਨਾ, ਆਹ ਸ਼ਬਦ ਦਾ ਜਾਪ ਕਰਨਾ, ਇਹਨੂੰ ਕਹਿੰਦੇ ਪ੍ਰਤੀਕਸ਼ਾ। ਜਦੋਂ ਪ੍ਰਤੀਕਸ਼ਾ ਕਰਦਾ ਕਰਦਾ ਮੰਜ਼ਿਲ ਤੈਅ ਕਰਦਾ ਕਰਦਾ ਬੁਰਿਆਈਆਂ ਥੱਲੇ ਰਹਿ ਜਾਂਦੀਆਂ ਨੇ, ਚੰਗਿਆਈ ਦੇ ਨੇੜੇ ਪਹੁੰਚ ਜਾਂਦਾ। ਚੰਗਿਆਈ ਕਿਹਨੂੰ ਕਹਿੰਦੇ? ਰੱਬ ਨੂੰ। ਰੱਬ ਹੈ ਚੰਗਿਆਈ, ਬਾਕੀ ਗੱਲਾਂ ਥੱਲੇ ਨੇ ਸਾਰੀਆਂ, ਰੱਬ ਦੇ ਨੇੜੇ ਲਾ ਲੈਂਦੇ ਨੇ ਉਹਨੂੰ। ਪਰ ਕਬੀਰ ਸਾਹਿਬ ਕਹਿੰਦੇ ਮਾਰਗ ਬੜਾ ਔਖਾ, ਉਹਨੇ ਕਿ ਸ਼ਬਦ ਉਚਾਰਿਆ ਦੇ ਵੀਰ ਜੀਆਂ ਨੇ। ਗ੍ਰਹਿ ਤਾਜ ਬਨ ਖੰਡ ਜਾਈ ਹੈ ਚੁਣ ਖਾਈ ਹੈ ਕੰਧਾ, ਕਹਿੰਦੇ ਜੇ ਤੂੰ ਘਰ ਛੱਡ ਕੇ ਨਾ ਜੰਗਲਾਂ ਚ ਚਲੇ ਜਾਵੇ ਕੰਧ ਮੂਲ ਖਾਵੇ। ਅੱਜ ਮੁੰਡਕਾਰ ਛੋਟੀ ਪਾਪੀ ਮਨ ਮੰਦਾ, ਜਿਹੜਾ ਮਨ ਹੈ ਨਾ ਇਹ ਹਾਲੇ ਵੀ ਵਿਕਾਰਾਂ ਨੂੰ ਨਹੀਂ ਛੱਡਦਾ। ਇੱਕ ਰਾਜਾ ਗੋਪੀ ਚੰਦ ਹੋਇਆ, ਇਹਨੂੰ ਜਦੋਂ ਵਿਰਾਗ ਲੱਗਿਆ ਇਹਨੇ ਮਹਿਲ ਛੱਡਤੇ, ਰਾਜ ਛੱਡਤਾ, ਜੰਗਲਾਂ ਚ ਚਲਿਆ ਗਿਆ, ਤਪੱਸਿਆ ਕਰਦਾ, ਪ੍ਰਤੀਕਸ਼ਾ ਕਰਦਾ, ਤਪੱਸਿਆ ਕਰਦਾ, ਤੜਕੇ ਤੋੜਕੇ ਰਾਜ ਤੱਕ। ਇਹਨੇ ਸੋਚਿਆ ਮੇਰਾ ਮਨ ਤਾਂ ਹੁਣ ਮਰ ਗਿਆ, ਮੈਂ ਤਾਂ ਰੱਬ ਦੇ ਨੇੜੇ ਹੀ ਲੱਗਣੇ ਵਾਲਾ। ਪਰ ਕੀ ਹੋਇਆ, ਚੰਦਰਮਾ ਚੜਿਆ ਹੋਇਆ ਸੀ ਆਸਮਾਨ ਵਿੱਚ, ਇਹ ਤੁਰਿਆ ਜਾਂਦਾ, ਘਾਹ ਇੱਥੇ ਲੱਗਿਆ ਹੋਇਆ ਜੰਗਲ ਚ, ਘਾਹ ਦੇ ਉੱਤੇ ਚੰਦਰਮਾ ਦੀਆਂ ਕਿਰਨਾਂ ਚ ਇਹਨੂੰ ਨਜ਼ਰ ਹੀ ਪਿਆ, ਗਾੜੇ ਲਾਲ ਰੰਗ ਦੀ ਕੋਈ ਚੀਜ਼ ਪਈ ਹੈ। ਇਹ ਰਾਜਾ ਸੀ, ਇਹਦੇ ਖਜ਼ਾਨਿਆਂ ਦੇ ਵਿੱਚ ਹੀਰੇ ਮੋਤੀ ਪੰਨੇ ਲਾਲ ਹੋਏ ਸੀ। ਇਹ ਕਹਿੰਦਾ ਲਾਲ ਕਿਹਨੇ ਸਿਰ ਦਿੱਤਾ? ਲਾਲ ਸਮਝ ਕੇ ਉਹਨੂੰ ਹੱਥ ਪਾਇਆ, ਬਹੁਤ ਪਛਤਾਇਆ, ਬਹੁਤ ਪਛਤਾਇਆ, ਕਿਉਂਕਿ ਲਾਲ ਨਹੀਂ ਸੀ, ਕਿਸੇ ਨੇ ਪਾਨ ਖਾ ਕੇ ਫੁੱਕਿਆ ਹੋਇਆ ਸੀ, ਆਪਣੇ ਆਪ ਨੂੰ ਖੱਡੇ ਲਾਹਣ ਤੋਂ ਪਾਉਂਦਾ। ਕਹਿੰਦਾ ਤੂੰ ਯੋਗੀ ਸਮਝਦਾ, ਸੰਤ ਸਮਝਦਾ, ਰੱਬ ਦੇ ਨੇੜੇ ਪਹੁੰਚਿਆ ਸਮਝਦਾ, ਤੂੰ ਸਮਝਦਾ ਕਿ ਮਨ ਮਰ ਗਿਆ ਮੇਰਾ? ਨਹੀਂ, ਮਨ ਨਹੀਂ, ਤੈਨੂੰ ਕਿਹਾ ਵੀ ਚੱਕ ਲੈ ਲਾਲ। ਉਹ ਭਲੇ ਮਾਨ ਸਾਹਿਬ ਇਹ ਜੇ ਸੈਂਕੜਿਆਂ ਨੂੰ ਲੱਕੜ ਮਾਰ ਕੇ ਆਇਆ ਤੂੰ, ਇਹ ਤੋਂ ਕੀ ਕਰਾਉਣਾ ਸੀ ਤੈ ਜੰਗਲ ਚ? ਹਾਲੇ ਮਨ ਮਰਿਆ ਨਹੀਂ ਹੈ। ਉਹਨਾਂ ਨੇ ਉੱਥੇ ਲਾਈਨ ਉਚਾਰਨ ਕੀਤੀ, ਆਪਣੇ ਗ੍ਰੰਥ ਦੇ ਵਿੱਚ ਉਹਨਾਂ ਨੇ ਲਿਖੀ ਹੋਈ ਹੈ, ਮਨ ਰਿਪ ਜੀਤੇ। ਰਿਪ ਕਹਿੰਦੇ ਨੇ ਦੁਸ਼ਮਣ ਨੂੰ, ਜਿਹਦਾ ਮਨ ਰੂਪੀ ਦੁਸ਼ਮਣ ਜਿਉਂਦਾ, ਸਭ ਰਿਪ ਜੀਤੇ, ਉਹਦੇ ਸਾਰੇ ਦੁਸ਼ਮਣ ਜਿਉਂਦੇ। ਫਿਰ ਦੁਬਾਰਾ ਲਿਖ ਦਿੱਤੀ ਇਹੀ ਲਾਈਨ, ਮਨ ਰਿਪ ਜੀਤੇ, ਜਿਹਨੇ ਮਨ ਰੂਪੀ ਦੁਸ਼ਮਣ ਜਿੱਤ ਲਿਆ, ਸਭ ਰਿਪ ਜੀਤੇ, ਉਹਨੇ ਸਾਰੇ ਦੁਸ਼ਮਣ ਜਿੱਤ ਲਏ। ਕਬੀਰ ਸਾਹਿਬ ਕਹਿੰਦੇ ਮਨ ਨਹੀਂ ਜਿੱਤਿਆ ਜਾਂਦਾ, ਸਤਿਗੁਰੂ ਕਿਰਪਾ ਕਰ ਦੇਣ ਤਾਂ ਮਨ ਜਿੱਤ ਹੋ ਜਾਂਦਾ, ਸਤਿਗੁਰੂ ਦਿਆਲੂ ਹੋ ਗਏ ਇੱਕ ਦਿਨ, ਕਿਰਪਾਲੂ ਹੋ ਗਏ, ਖੁਸ਼ ਹੋ ਗਏ, ਪ੍ਰਸੰਨ ਹੋ ਗਏ। ਉਹਨਾਂ ਨੇ ਇੱਕ ਨਿਗਾਹ ਹੀ ਕਰਨੀ ਹੈ,
ਨਿਗਾਹੀ ਪਰ ਉਹ ਪਿਆਰ ਨਾਲ ਸ਼ਬਦ ਵਿੱਚ ਆਪਾਂ ਸਮਾਪਤੀ ਕਰ ਦਿੰਦੇ ਹਾਂ, ਟਾਈਮ ਬਹੁਤ ਹੋ ਗਿਆ। ਆਹ ਸ਼ਬਦ ਇਹ ਮੋਰਨ ਨਿਕਲ ਰਿਹਾ ਹੈ, ਰਜਾਇਜ਼ ਨਿਕਲ ਰਿਹਾ ਹੈ ਵੀ ਸਤਿਗੁਰੂ ਦੀ ਨਜ਼ਰ ਦੇ ਵਿੱਚੋਂ ਕਿਵੇਂ ਵਸਤੂ ਮਿਲਦੀ ਹੈ। ਪੜੋ ਪਿਆਰ ਨਾਲ, ਤੇਰੇ ਵਰਗਾ ਨਾ ਪਿਆ ¶¶
ਸੰਸਰ ਨਾਹੀਂ ਦਿਆਲ ਮੋਹੇ ਸੰਸਰ ਪਾਪੀ। ਆਹ ਸਤਿਗੁਰੂ ਹਾਜ਼ਰੀ ਪ੍ਰਵਾਨ ਕਰਨ ਆਪਣੀ ਅਨੇਕ ਕੋਈ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ, ਸੰਗਤ ਨੇ ਵੀ ਕਿਰਪਾ ਕਰਨਾ, ਗੁਰੂ ਮਹਾਂਪੁਰਖ ਬਖਸ਼ਣ ਯੋਗ ਹੁਣ ਉਹ ਵੀ ਬਖਸ਼ ਲੈਣ, ਉਹਨਾਂ ਦੇ ਚਰਨਾਂ ਚ ਅਰਦਾਸ ਹੈ। ਆਓ ਸਵਾਮੀ ਸ਼ੰਕਰਾਨੰਦ ਮਹਾਰਾਜ ਨੇ ਬੜੀ ਕਿਰਪਾ ਕੀਤੀ, ਉਹਨਾਂ ਦੀ ਕਿਰਪਾ ਨਾਲ ਸੰਗਤ ਦੇ ਦਰਸ਼ਨ ਕੀਤੇ ਨੇ। ਉਹਨਾਂ ਨੇ ਕੋਈ ਬਹਾਨਾ ਬਣਾ ਲਿਆ, ਨਹੀਂ ਆਏ ਮਹਾਂਪੁਰਖਾਂ ਦੀ ਮੌਜ, ਰੰਗ ਹੱਸੇ ਰੰਗ ਰੋਵੇ ਚੁੰਝ ਪੀ ਕਰ ਜਾਏ, ਪਰਵਾਹ ਨਹੀਂ ਕਿਸੇ ਤੇਰੀ ਬਾਜ ਸੱਚੇ ਨਾ। ਉਹ ਦੋ ਪ੍ਰਵਾਹ ਸਾਧੂ ਨੇ ਰੱਬ ਦੇ ਰੰਗ ਵਿੱਚ ਰੰਗੇ ਹੋਏ ਸਾਧੂ ਨੇ, ਉਹ ਆਪਣੀ ਮੌਜ ਵਿੱਚ ਰਹਿੰਦੇ ਨੇ, ਉਹਨਾਂ ਦੀ ਕਿਰਪਾ ਨਾਲ ਸੰਗਤ ਦੇ ਦਰਸ਼ਨ ਕੀਤੇ ਨੇ। ਸਾਰੀ ਸੰਗਤ ਦਾ ਬੜਾ ਧੰਨਵਾਦ, ਪ੍ਰਵਕਤਾ ਦਾ ਧੰਨਵਾਦ, ਸੰਗਤ ਨੇ ਬੜਾ ਪੇਸ਼ੈਂਸ ਦਿਖਾਇਆ, ਬੜਾ ਸਾਥ ਵੀ ਦਿੱਤਾ, ਸ਼ਬਦਾਂ ਚ ਬੋਲਿਓ ਰਸਤਾ ਪਵਿੱਤਰ ਹੋਈ ਆ ਤੁਹਾਡੀ, ਬੜਾ ਰੰਗ ਲੱਗਿਆ ਹੋਇਆ ਤੁਹਾਨੂੰ ਸੰਗਤ ਦਾ, ਸਾਧੂਆਂ ਦੀ ਸੰਗਤ ਦਾ ਰੰਗ ਲੱਗਿਆ, ਮਹਾਂਪੁਰਖਾਂ ਦੀ ਸੰਗਤ ਦਾ। ਤੇ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਕਰਨ ਇਸੇ ਤਰ੍ਹਾਂ ਰੰਗ ਵੱਧਦਾ ਹੀ ਚੱਲਿਆ ਜਾਵੇ ਔਰ ਤੁਸੀਂ ਆਪਣੇ ਮੰਜ਼ਿਲੇ ਮਕਸੂਦ ਤੇ ਪਹੁੰਚ ਜਾਓ।
ਭੁੱਲਾਂ ਚੁੱਕਾਂ ਦੀ ਖਿਮਾ ਦਿਓ। ਸਾਰੀ ਸੰਗਤ ਆਪਣੇ ਰਸਨਾ ਪਵਿੱਤਰ ਕਰੋ। ਬੋਲੋ ਬੰਦੀ ਸ਼ੋਰ ਮਹਾਰਾਜ ਕੀ।